ਸਤਿ ਸ਼੍ਰੀ ਅਕਾਲ ਜੀ। ਆਪਾਂ ਕਹਾਣੀ ਸੁਣਾਵਾਂਗੇ ਭਾਈ ਅੱਜ ਹਰੀਚੰਦ ਰਾਜੇ ਦੀ। ਭਾਈ ਹਰੀਚੰਦ ਰਾਜਾ ਸੀ, ਉਹ ਹਰ ਰੋਜ਼ ਤੜਕੇ ਉੱਠ ਕੇ ਪਰਜਾ ਦੇ ਵਿੱਚ ਜਾਂਦਾ, ਪਤਾ ਸੁਤਾ ਲੈਂਦਾ ਆਪਣੇ ਸ਼ਹਿਰ ਦਾ। ਤਾਂ ਉਹਦੀ ਮਾਂ ਮਹਿਲਾਂ 'ਚ ਦੇਖਦੀ ਵੀ ਮੇਰਾ ਪੁੱਤ ਪਰਜਾ ਦੇ ਪੱਤ ਬੜਕ ਲੈਂਦਾ ਵੀ ਜਾਂ ਨਾ ਲੈਂਦਾ। ਤਾਂ ਇੱਕ ਦਿਨ ਰਾਜਾ ਲੰਘ ਗਿਆ, ਉਹਦੇ ਮਗਰੋਂ ਪਾਸ 7 ਮਿੰਟ ਪਿੱਛੋਂ ਕੋਈ ਸਾਧ ਆ ਗਿਆ। ਰਾਜੇ ਨਾਲ ਤਾਂ ਦੋ ਬੰਦੇ ਪਰਜਾ ਦਾ ਪਤਾ ਲੈਣ ਗਿਆ, ਤਾਂ ਸਾਧ ਮਗਰ 25-30 ਜਵਾਕ ਚੌੜ ਮੱਤੇ। ਤਾਂ ਉਸ ਰਾਜੇ ਦੀ ਮਾਂ ਨੇ ਸੋਚਿਆ ਵੀ ਆਪਣੇ ਪੁੱਤਰ ਮਗਰ ਦੋ ਬੰਦੇ ਨੇ, ਸਾਧ ਮਗਰ 25-30 ਜਵਾਕ ਨੇ, ਵੀ ਜੇ ਆਪਣੇ ਪੁੱਤਰ ਨੂੰ ਸਾਧ ਬਣਾਈਏ ਤਾਂ ਇਹਦੀ ਹੋਰ ਇੱਜ਼ਤ ਵਧੂ। ਮਨ ਵਿੱਚ ਸੰਖਿਆ ਕਰ ਲਈ ਉਹਨੇ। ਜਦ ਅੱਗੇ ਹਰੀਚੰਦ ਰਾਜਾ ਜਦੋਂ ਮੁੜਦਾ ਘਰੇ, ਤਾਂ ਉਹਦੇ ਮਾਂ ਦੇ ਪੈਰੀਂ ਹੱਥ ਲਾਉਂਦਾ, ਤਾਂ ਉਹਦੀ ਮਾਂ ਉਹਨੂੰ ਨਮਸਕਾਰ ਉਹ ਕਰਦੀ, ਆਸ਼ੀਰਵਾਦ ਦਿੰਦੀ। ਤਾਂ ਉਸ ਦਿਨ ਉਹਦੀ ਮਾਂ ਨੇ ਮੂੰਹ ਭੁੰਮਾਲਿਆ। ਉਹ ਕਹਿੰਦਾ ਮਾਂ ਅੱਜ ਕੀ ਗੱਲ ਹੋ ਗਈ? ਕਹਿੰਦੀ ਪੁੱਤਰ ਅੱਜ ਤੂੰ ਮੈਨੂੰ ਚੰਗਾ ਨਹੀਂ ਲੱਗਿਆ। ਕਹਿੰਦਾ ਮਾਂ ਗੱਲ ਦੱਸ ਕੀ ਹੈ? ਕਹਿੰਦੀ ਜੇ ਫਿਰ ਮੇਰੇ ਮਾਂ ਦੀ ਸੰਖਾ ਬੁੱਝ ਸਕਦੇ? ਤਾਂ ਕਹਿੰਦੀ ਜਦੋਂ ਤੂੰ ਲੰਘਿਆ ਤੇਰੇ ਨਾਲ ਤਾਂ 3 ਬੰਦੇ ਤੀ, ਤੇਰੋ ਮਗਰੋਂ ਇੱਕ ਸਾਧ ਲੰਘਿਆ, ਉਹਦੇ ਮਗਰ 50 ਜਵਾਕ ਤੀ। ਤੂੰ ਕਹਿੰਦੀ ਮੈਨੂੰ ਐਂ ਦੱਸ ਵੀ ਤੂੰ ਰੋਜ਼ ਪਰਜਾ ਦਾ ਪਤਾ ਲੈਣ ਜਾਂਦਾ, ਉਹ ਗਿਆ ਖੈਰ ਮੰਗਣ, ਵੀ ਉਹਦੇ ਮਗਰ ਜਵਾਕ ਕਿਉਂ ਵੱਧਤੀ? ਕਹਿੰਦਾ ਮਾਂ ਹੁਣ ਤੇਰਾ ਮਤਲਬ ਵੀ ਮੈਂ ਸਾਧ ਬਣਾਂ? ਉਹ ਕਹਿੰਦੀ ਹਾਂ ਪੁੱਤ ਸਾਧ ਬਣ, ਵੀ ਮੈਨੂੰ ਫਿਰ ਜਚੇਗਾ ਜਿਹੜੇ ਪਿੰਡੇ ਦੇ ਉੱਤੇ ਤੇਰੇ ਚਾਤਰ ਮਿਲਿਆ ਇਹ ਸਵਾਹ ਹੋਵੇ, ਜਿਹੜੇ ਸਿਰ ਦੇ ਉੱਤੇ ਤਾ ਚੜਿਆ ਹੋਇਆ ਇਹ ਜਟਾਂ ਹੋਣ, ਜਿਹੜੇ ਮੰਨ ਕੇ ਚੱਲ ਸਿਰ ਦੇ ਹੱਥ ਦੇ ਵਿੱਚ ਖੂੰਡੀ ਹੈ ਇਹਦੇ 'ਚ ਚਿਮਟਾ ਹੋਵੇ। ਕਹਿੰਦਾ ਕੋਈ ਨਵਾਂ ਹੀ ਹੋਊ। ਤਾਂ ਉੱਥੋਂ ਹਰੀਚੰਦ ਬਾਦਸ਼ਾਹ ਚੱਲ ਪਿਆ, ਚਲੋ ਚੱਲ ਤੁਰਿਆ ਜਾਂਦਾ। ਕੋਈ ਸਾਧ ਬੈਠਾ ਸਮਾਧੀ ਲੱਗੀ ਹੈ, ਤਾਂ ਜਾ ਕੇ ਧੂੰਆਂ ਤਪਾਤਾ। ਧੂੰਆਂ ਤਪਾਉਂਦਾ 12 ਸਾਲ ਬਤੀਤ ਹੋ ਗਏ, ਸਾਧ ਦੀ ਸਮਾਧੀ ਖੁੱਲ੍ਹੀ। ਕਹਿੰਦਾ ਵੀ ਮੰਗ ਭਾਈ ਕਾਕਾ, ਕੀ ਮੰਗਦਾ? ਕਹਿੰਦਾ ਬਾਬਾ 12 ਸਾਲ ਹੋ ਗਏ ਭੁੰਜੇ ਪੈਂਦੇ ਨੂੰ, ਜੋਗ ਲੈਣ ਆਇਆ, ਸਾਧ ਮੰਨਣਾ। ਉਹ ਕਹਿੰਦਾ ਭਾਈ ਤੇਰਾ ਚਿਹਰਾ ਦੱਸਦਾ ਤੇਰੇ ਯੋਗ ਦੇ ਲੇਖ ਨਹੀਂ, ਤੂੰ ਕਿਸੇ ਰਾਜੇ ਮਹਾਰਾਜੇ ਦਾ ਪੁੱਤ ਹੈ, ਗਰੀਬ ਬੰਦੇ ਦਾ ਕੰਮ ਹੈ ਯੋਗ ਲੈਣਾ। ਕਹਿੰਦਾ ਨਾ ਜੀ, ਮੈਂ ਤਾਂ ਯੋਗ ਲੈਣਾ। ਕਹਿੰਦਾ ਫਿਰ ਐਂ ਕਰੀ ਭਾਈ, ਅੱਜ ਚੰਨਣ ਦੀ ਲੱਕੜ ਦਾ ਧੂਣਾ ਲਾਈ, ਤੜਕੇ ਤੈਨੂੰ ਯੋਗ ਦੇਵਾਂਗੇ। ਕਹਿੰਦਾ ਇਹ 7 ਵਚਨ। ਤਾਂ ਕੁਹਾੜਾ ਅਤੇ ਰੱਸਾ ਚੱਕਿਆ ਹਰੀਚੰਦ ਬਾਦਸ਼ਾਹ ਨੇ, ਚੰਨਣ ਲੈਣ ਤੁਰ ਪਿਆ। ਤਾਂ ਚੰਨਣ ਭਾਲਦਾ ਫਿਰਦਾ, ਉਹਨੇ ਖੜ ਕੇ ਸੋਚਿਆ ਵੀ ਇੱਕ ਬੂੰਦ ਡਿੱਗਦੀ ਅਸਮਾਨ ਤੋਂ, ਉਹ ਜੇ ਗਿੱਦੜ 'ਤੇ ਡਿੱਗ ਪਏ ਤਾਂ ਗਿੱਦੜ ਹਲਕ ਜਾਂਦਾ, ਜੇ ਉਹ ਬੂੰਦ ਜੰਡ 'ਤੇ ਡਿੱਗ ਪਏ ਤਾਂ ਚੰਨਣ ਪੈਦਾ ਹੋ ਜਾਂਦਾ। ਤਾਂ ਸਮਝ ਕੇ ਹਰੀਚੰਦ ਬਾਦਸ਼ਾਹ ਨੇ ਜਦੋਂ ਮਾਰਿਆ ਕੁਹਾੜਾ, ਕੁਹਾੜਾ ਖਿੱਚਿਆ ਜੰਡ 'ਚੋਂ, ਤਾਂ ਉਹਦੇ 'ਚੋਂ ਮੈਲੇ ਦੀ ਤੀਤਰੀ ਆਈ, ਨਾਲ ਆਵਾਜ਼ ਆਈ। ਉਹ ਕਹਿੰਦਾ ਭਾਈ ਮੈਂ ਤੇਰਾ ਕੀ ਮਾੜਾ ਕਰਿਆ? ਕਹਿੰਦਾ ਵੀ ਤੂੰ ਕੌਣ ਹੈ, ਤੂੰ ਜੰਡ 'ਚ ਕੀ ਕਰਦਾ? ਕਹਿੰਦਾ ਵੀ ਐਂ ਕਰਕੇ ਵੀ 9 ਸਾਲ ਹੋ ਗਏ ਮੇਰੀ ਲੱਗ ਗਈ ਤੀ ਸਮਾਧੀ, ਇਹ ਜੰਡ ਛੋਟਾ ਜਾਤੀ, ਇਹਦੇ ਨਾਲ ਢੂੰ ਲਾ ਕੇ ਬਹਿ ਗਿਆ ਮੈਂ। ਕਹਿੰਦਾ ਮੇਰੀ ਸਮਾਧੀ ਖੁੱਲ੍ਹੀ ਨਹੀਂ, ਜੰਡ ਉੱਤਦੀ ਫਿਰ ਗਿਆ ਭਾਈ ਮੇਰੇ, ਪਰ ਕਹਿੰਦਾ ਚੰਗਾ ਕੰਮ ਕਰਿਆ ਤਾਂ ਮੇਰੀ ਮੁਕਤੀ ਕਰਤੀ। ਪਰ ਕਹਿੰਦਾ ਜਿਹਨੂੰ ਤੂੰ ਅੱਜ ਗੁਰੂ ਮੰਨਣ ਜਾਂਦਾ ਉਹਨੂੰ ਐਂ ਕਹਿ ਦੀ ਵੀ ਤੇਰੇ ਗੁਰੂ ਦੀ ਮੇਰੇ ਹੱਥੋਂ ਮੁਕਤੀ ਹੋ ਗਈ, ਸੁਨੇਹਾ ਲਾ ਦੀ ਮੇਰਾ। ਕਹਿੰਦਾ ਜੀ ਲਾ ਦੂੰਗਾ। ਕਹਿੰਦਾ ਐਂ ਕਰ, ਸਭਾ ਹੱਥ ਮਿਣ ਕੇ ਤਾਂ ਟੱਕ ਮਾਰ, ਤੈਨੂੰ ਚਾਨਣ ਮਿਲ ਜੂ। ਤਾਂ ਹਰੀਚੰਦ ਬਾਦਸ਼ਾਹ ਨੇ ਉਵੇਂ ਕਰਿਆ, ਉਹਨੇ ਚਾਨਣ ਕੱਢਿਆ ਜੰਡ 'ਚੋਂ, ਆ ਕੇ ਜਗਾਤਾ ਧੂੰਆਂ। ਇੰਦਰ ਮਹਾਰਾਜ ਨੇ ਖੇਡ ਰਚਾਈ, ਕਹਿੰਦਾ ਭਾਈ ਇੰਦਰ ਮਹਾਰਾਜ ਨੇ ਰਾਤ ਨੂੰ ਹਰੀਚੰਦ ਬੈਠੇ ਰਾਜੇ ਨੂੰ ਨੀਂਦ ਲਿਆਤੀ, ਨੀਂਦ ਦੇ ਵਿੱਚ
ਉਹਨੂੰ ਤਾਰਾਂ ਰਾਣੀ ਨਾਲ ਵਿਆਹਤਾ ਇੰਦਰ ਮਹਾਰਾਜ ਨੇ। ਜਦੋਂ ਤਾਰਾਂ ਰਾਣੀ ਨਾਲ ਵਿਆਹਿਆ ਤੜਕੇ ਵੀ ਉੱਠਿਆ ਸੰਤ, ਸੰਤਾਂ ਨੇ ਉੱਠ ਕੇ ਆਵਾਜ਼ ਮਾਰੀ ਭਾਈ ਉੱਠ, ਤੈਨੂੰ ਯੋਗ ਦੇਵਾਂਗੇ ਹੁਣ ਤਾਂ ਅੰਮ੍ਰਿਤ ਵੇਲਾ। ਅਤੇ ਉਹ ਕਹਿੰਦਾ ਜੀ ਪਹਿਲਾਂ ਮੈਨੂੰ ਵਾਚਨ ਦੇ ਦਿਓ। ਉਹਨੇ ਭਾਈ ਇੱਕ ਦੋ ਤਿੰਨ ਵਾਚਨ ਦੇ ਤੇ, ਕਹਿੰਦਾ ਵੀ ਲੈ ਆ ਬਾਬਾ ਜਾਂ ਤਾਂ ਮੈਨੂੰ ਵਾਚਨ ਮੋੜ ਦੇ ਜਾਂ ਮੈਂ ਨਹੀਂ ਯੋਗ ਲੈਂਦਾ, ਮੈਨੂੰ ਤਾਂ ਤਾਰਾਂ ਰਾਣੀ ਨਾਲ ਵਿਆਹ ਦੇ। ਉਹ ਕਹਿੰਦਾ ਸਹੁਰਿਆ 12 ਸਾਲ ਭਗਤੀ ਕਰੀ ਆ, ਹੁਣ ਤਾਰਾਂ ਰਾਣੀ ਨੇ ਵੀ ਹੁਣ ਕਤਰ ਕਰੀਆ ਤੈਂ? ਕਹਿੰਦਾ ਨਾ ਬਸ ਮੈਂ ਤਾਂ ਸੁਪਨੇ 'ਚ ਰਾਤ ਵਿਆਹੀ ਹੈ, ਮੈਨੂੰ ਤਾਂ ਸੁੱਚੀ ਮਿੱਚੀ ਵਿਆਹ ਦੇ। ਉਹ ਕਹਿੰਦਾ ਫਿਰ ਐਂ ਕਰ, ਬਾਗ ਅੱਡ ਲਾਉਣਾ ਪੂ ਤੈਨੂੰ, ਸਰੋਵਰ ਅੱਡ ਲਾਉਣੇ ਪੈਣਗੇ, ਨਵਾਂ ਕੰਮ ਤਿਆਰ ਕਰ ਜਾ ਕੇ। ਕਹਿੰਦਾ ਇੰਦਰ ਮਹਾਰਾਜ ਹੱਸੂਗਾ ਫਿਰ ਤੈਨੂੰ ਦੇਖ ਕੇ ਵੀ ਭਗਤੀ ਦੇ ਵਿੱਚ ਕੀ ਮੰਗਦਾ। ਜਦੋਂ ਹੱਸ ਪਿਆ ਕਹਿੰਦਾ ਉਦੋਂ ਵਾਰ ਸ਼ੁਰੂ ਹੋਜੂ, ਸਰੋਵਰ ਭਰ ਜਾਣਗੇ। ਕਹਿੰਦਾ ਅੱਧੀ ਰਾਤੋਂ ਤੱਕ ਤੁੱਤਰ ਉੱਪਰੀਆਂ ਦਾ ਸਰੋਵਰ 'ਚ ਨਹਾਉਣ ਖਾਤਰ। ਕਹਿੰਦਾ ਅਰੇ ਬਾਤਰ ਲਾਲਾ ਰੱਖੀ ਜਾਣਗੀਆਂ, ਸਭ ਤੋਂ ਉੱਪਰ ਬਾਤਰ ਤਾਰਾਂ ਰਾਣੀ ਦੇ ਹੋਣਗੇ। ਤਾਰਾਂ ਰਾਣੀ ਦੇ ਬਾਤਰ ਕਹਿੰਦਾ ਲੱਦ ਕੇ ਥੱਲੇ ਕਰ ਲਈ, ਕੁੜੀਆਂ 'ਚ ਜਾਪਣੀ ਆਪਦੀ 'ਚ। ਕਹਿੰਦਾ ਪਰੀਆਂ ਤੇਰੇ ਕੋਲ ਆਉਣੀਆਂ, ਉਹਨਾਂ ਤੋਂ ਵਾਚਾਂ ਲੈ ਲਈ, ਬਾਤਰ ਲਾਲਾ ਫੜਾਈ ਚੱਲੀ, ਉਹਨਾਂ ਨੂੰ ਕਹਿੰਦੀ ਵੀ ਜਾਂ ਤਾਂ ਮੈਨੂੰ ਵਾਚਨ ਮੋੜ ਦਿਓ ਜਾਂ ਜਿਹਦੇ ਆ ਬਾਤਰ ਨੇ ਮੇਰਾ ਸਾਦੀ ਕਰਾ ਲਓ। ਉਹ ਤਾਰਾਂ ਰਾਣੀ ਦੇ ਬਾਤਰ ਹੋਣਗੇ, ਤੇਰੇ ਨਾਲ ਸਾਦੀ ਹੋਜੂ ਉਹਦੀ। ਉਹਨੇ ਭਾਈ ਉਵੇਂ ਜ਼ਿਕਰੀ ਕੀਤਾ, ਆ ਕੇ ਮਿੰਤਗੇ ਲਾ ਤੇ, ਬਾਗ ਲਾ ਤੇ, ਬਾਗ ਸਭ ਕੁਛ ਲਾ ਤਾ, ਸਰੋਵਰ ਬਣਾ ਤੇ। ਮੀਂਹ ਨਾ ਪਿਆ, ਕਿਉਂ ਕਿਸ ਕਰਕੇ ਨਾ ਪਿਆ? ਜਿਹਦੇ 8 ਦਿਨ ਲੱਗੇ ਤੈਨੂੰ 4 ਦਿਨਾਂ ਦੀ ਮਿਹਨਤ ਦਿੱਤੀ, ਜਿਹਦੇ 4 ਦਿਨ ਲੱਗੇ ਤੈਨੂੰ 2 ਦਿਨਾਂ ਦੀ ਮਿਹਨਤ ਦਿੱਤੀ। ਲੋਕ ਭਾਈ ਗਾਲਾਂ ਕੱਢਣ ਲੱਗ ਗਏ, ਮਿੰਤਗੇ ਫੇਰ ਗਿਆ ਉਸੇ ਸੰਤ ਕੋਲ, ਕਹਿੰਦਾ ਬਾਬਾ ਮੀਂਹ ਤਾਂ ਪਿਆ ਨਹੀਂ। ਕਹਿੰਦਾ ਭਾਈ ਕੋਈ ਬੇਗਮ ਪੈ ਗਿਆ ਤੈਥੋਂ, ਮੀਂਹ ਕਿਵੇਂ ਨਾ ਪਵੇ, ਮੀਂਹ ਪਊਗਾ। ਕਹਿੰਦਾ ਨਾ ਬਾਬਾ ਬੇਗਮ ਤਾਂ ਕੋਈ ਪਿਆ ਨਹੀਂ। ਕਹਿੰਦਾ ਪਿਆ ਭਾਈ ਕੋਈ ਪਿਆ ਹੋਵੇ। ਕਹਿੰਦਾ ਹਾਂ ਇੰਨੀ ਕੁ ਗੱਲ ਜ਼ਰੂਰ ਆ। ਕਹਿੰਦਾ ਜੀ ਮਿਹਨਤ ਘੱਟ ਦਿੱਤੀ ਆ ਮੈਂ। ਉਹ ਕਹਿੰਦਾ ਜਾ ਉਦੋਂ 1 ਵਾਰਾਂ ਤੂੰ ਮਰੇਗਾ, ਜਾ ਕੇ ਉਹਨਾਂ ਦੀ ਮਿਹਨਤ ਦੇ ਦੇ। ਸੰਤ ਦੇ ਵਚਨ ਹੋ ਗਏ ਵੀ 1 ਵਾਰਾਂ ਮਰੇਗਾ। ਉਹਨੇ ਭਾਈ ਆ ਕੇ ਮਿਹਨਤ ਦੇ ਤੀ, ਜਿਹਦੇ 2 ਦਿਨ ਤੀ ਉਹਨੂੰ 4 ਦਿਨਾਂ ਦੀ, ਜਿਹਨੂੰ 4 ਦਿਨ ਤੀ ਉਹਦੇ 8 ਦਿਨਾਂ ਦੀ, ਉਹੀ ਲਾਗੇ ਰਾਜ ਨੂੰ ਧੰਨ ਧੰਨ ਕਰਨਾ। ਇੰਦਰ ਮਹਾਰਾਜ ਹੱਸ ਪਿਆ, ਮੀਂਹ ਪੈ ਗਿਆ। ਅੱਧੀ ਰਾਤ ਉੱਧਰ ਅੱਧੀ ਉੱਧਰ ਉਤਰਿਆ ਪਰੀਆਂ ਦਾ ਤਖ਼ਤ, ਝਾਂਜਰਾਂ ਵਾਂਗਾਂ ਖੜਕੀਆਂ, ਪਤਾ ਲੱਗ ਗਿਆ ਉਹਨੂੰ ਵੀ ਤਖ਼ਤ ਉੱਤਰ ਗਿਆ। ਅਤੇ ਉਹ ਜਦੋਂ ਭਾਈ ਲਾਲਾ ਬਾਤਰ ਸਰੋਵਰ 'ਚ ਵੜੀ ਗਈਆਂ, ਤਾਰਾਂ ਰਾਣੀ ਨੇ ਬਾਤਰ ਉੱਤੇ ਲਾ ਕੇ ਰੱਖਤੀ, ਉਹ ਸਰੋਵਰ 'ਚ ਵੜ ਗਈ। ਉਹਨੇ ਪੁੱਛ ਕੇ ਕੁਟਿਆ 'ਚੋਂ ਨਿਕਲਿਆ ਬਾਤਰ, ਚੱਕ ਕੇ ਕੁਟਿਆ ਜਾ ਵੜਿਆ ਬਾਤਰ ਕਰ ਲਏ ਥੱਲੇ ਤਾਰਾਂ ਰਾਣੀ ਦੇ ਲੱਦ ਕੇ। ਤਾਂ ਹਰੀ ਚੰਦ ਜਦੋਂ ਕੁਟਿਆ ਜਾ ਵੜਿਆ ਤਾਂ ਬਾਹਰ ਨਿਕਲੀਆਂ ਤਾਰਾਂ ਰਾਣੀ, ਕਹਿੰਦੀ ਕੁੜੇ ਬਾਤਰ ਆ? ਕਹਿੰਦੀ ਭੈਣੇ ਤਾਂ ਤੁਥੋਂ ਪਹਿਲਾਂ ਵੜੀਆਂ ਮਾਂਗਰੋਂ ਨਿਕਲੀਆਂ, ਕਿਉਂ ਤਾਰਾਂ ਰਾਣੀ ਪਟਰਾ ਨਹੀਂ ਸੀ ਉਹਨਾਂ ਦੀ, ਇੰਦਰ ਮਹਾਰਾਜ ਦੀ ਪਰੀਆਂ ਦੀ। ਅਤੇ ਉਹ ਕਹਿੰਦੀ ਭੈਣੇ ਬਾਤਰ ਤਾਂ ਬਾਗ 'ਚ ਬਾਗ 'ਚ ਆ ਬਾਤਰ ਵਾਲਾ। ਫਿਰ ਉਹਨੇ ਇੰਦਰ ਮਹਾਰਾਜ ਨੂੰ ਲਾਂਭੇ ਦਿੱਤੇ, ਮਹਾਰਾਜ ਸੱਚੇ ਪਾਤਸ਼ਾਹ ਸੀ, ਨੰਗਣ ਖੜਿਆ ਸਾਡਾ ਨੰਗਣ ਢੱਕ। ਤਾਂ ਉਸ ਵਕਤ ਫਿਰ ਇੰਦਰ ਮਹਾਰਾਜ ਨੇ ਪਰੀਆਂ 'ਤੇ ਫੰਘ ਲਿਆ ਤੀ, ਨੰਗਣ ਢੱਕਤਾ। ਤਾਂ ਜਾ ਕੇ ਕਹਿੰਦੇ ਵੀ ਰੱਬ ਦੇ ਬੰਦੇ ਸਾਡੇ ਬਾਤਰ ਦੇ। ਉਹ ਕਹਿੰਦਾ ਮੇਰੇ ਕੋਲ ਤਾਂ ਬਾਤਰ ਹੀ ਨਹੀਂ। ਕਹਿੰਦੇ ਨਾ ਵੀ ਬਾਤਰ ਤੇਰੇ ਕੋਲ ਨੇ, ਹੋਰ ਬਾਗ ਦੇ ਵਿੱਚ ਬੰਦਾ ਨਹੀਂ ਕੋਈ। ਉਹ ਕਹਿੰਦਾ ਬਾਤਰ ਦੇ ਦਿਓ, ਮੈਨੂੰ ਵਚਨ ਦੇ ਦਿਓ। ਉਹ ਕਹਿੰਦੀ 1, 3, 2, 3 ਵਚਨਾਂ 'ਚੋਂ ਜਿਹੜਾ ਮਰਜ਼ੀ ਮੰਗ ਲਈ, ਸਾਡੇ ਬਾਤਰ ਦੇ ਦੇ। ਉਹ ਕਹਿੰਦਾ ਫਿਰ ਬਾਤਰ ਲਾਲਾ ਫੜਾਈ ਗਿਆ, ਤਾਰਾਂ ਰਾਣੀ ਦੇ ਬਾਤਰ ਰਹਿ ਗਏ। ਕਹਿੰਦਾ ਵੀ ਐਂ ਕਰੋ, ਜਾਂ ਤਾਂ ਮੈਨੂੰ ਵਚਨ ਮੋੜ ਦਿਓ ਜਿਹਦੇ ਆ ਬਾਤਰ ਨੇ, ਜਾਂ ਮੇਰੇ ਨਾਲ ਸਾਦੀ ਕਰਾ ਲਿਆ। ਉਹ ਪਰੀਆਂ ਨੂੰ ਕਹਿੰਦੀ ਭਣੇ ਜਾਓ, ਵਚਨ ਨਹੀਂ ਮੈਂ ਮੰਡਵਾ ਸਕਦੀ, ਇੰਦਰ ਮਹਾਰਾਜ ਦੀ ਪਰੀਆਂ, ਮੈਂ ਸਾਦੀ ਕਰਾਊਂ ਹਰੀਚੰਦ ਰਾਜੇ ਨਾਲ। ਹਰੀਚੰਦ ਰਾਜੇ ਨਾਲ ਸਾਦੀ ਕਰਵਾ ਲਈ, ਘੋੜੇ 'ਤੇ ਬੈਠਾ ਜਾਂਦੇ ਆ। ਹਰੀਚੰਦ ਰਾਜੇ ਦੀ ਮਾਂ ਮਹਿਲਾਂ 'ਚ ਖੜ੍ਹੀ ਹੈ।
ਉਹਦੀ ਮਾਂ ਤੋਂ ਹਰੀ ਚੰਦ ਜੀ ਤੋਂ ਕਹਿੰਦੀ ਆ ਮੇਰੇ ਪੁੱਤ ਮਗਰ ਡੈਣ ਕੌਣ ਹੁੰਦੀ ਹੈ, ਮੈਂ ਤਾਂ ਸਾਧ ਬਣਾਉਣ ਤੁਰਿਆ ਸੀ ਵੀ ਰਾਣੀ ਲਈ ਆਉਂਦਾ। ਉਹ ਤੋਂ ਡੈਣ ਕਿਹਾ ਗਿਆ, ਉੱਥੇ ਫਿਰ ਤਾਰਾ ਰਾਣੀ ਨੂੰ ਡੈਣ ਬਣਨਾ ਪੈ ਗਿਆ, ਵਚਨ ਹੋ ਗਿਆ ਉਹਦਾ ਮਾਂ ਦਾ। ਤਾਂ ਸਮਾਂ ਆਇਆ ਭਾਈ, ਸਾਰੀਆਂ ਰਾਣੀਆਂ ਇਕੱਠੀਆਂ ਹੋ ਗਈਆਂ, ਜਦੋਂ ਉਹਨਾਂ ਤੋਂ ਵੱਡੀ ਬਣਾ ਕੇ ਬਿਠਾ ਤੀ। ਉਹ ਕਹਿੰਦੇ ਕੁੜੇ ਕਿਵੇਂ ਕਰੀਏ ਹੁਣ, ਆਪਾਂ ਨੂੰ ਤਾਂ ਮੰਨ ਕੇ ਕੋਈ ਪੁੱਛਦਾ ਨਹੀਂ। ਉਹ ਕਹਿੰਦੇ ਐਂ ਕਰਦੇ ਹਾਂ, ਆਪਾਂ ਨੂੰ ਕੋਈ ਨਾ ਕੋਈ ਇਹਦੇ ਨਾਲ ਖੇਡ ਖੇਡਦੇ ਹਾਂ। ਤਾਂ ਉਹਨਾਂ ਨੇ ਸੱਤਾਂ ਰਾਣੀਆਂ ਨੇ ਹਰੀਚੰਦ ਦੀਆਂ ਨੇ ਪਾਣੀ ਦੀਆਂ ਬੋਤਲਾਂ ਭਰ ਲਈਆਂ। ਤਾਰਾਂ ਰਾਣੀ ਖਾਤਰ ਮੱਧ ਦੀ ਬੋਤਲ ਭਰ ਲਈ, ਜਿਹਨੂੰ ਆਪਾਂ ਸ਼ਰਾਬ ਕਹਿੰਦੇ ਹਾਂ। ਮੱਧ ਦੀ ਬੋਤਲ ਭਰੀ, ਜਾ ਕੇ ਕਹਿੰਦੇ ਲੈ ਭੈਣੇ ਆਪਾਂ ਉਹਦੀਆਂ ਬੋਤਲਾਂ ਲਿਆ ਸੀ, ਆਹ ਤੇਰੀ ਹੈ, ਆਹ ਸਾਡੀਆਂ ਨੇ, ਤੂੰ ਆਪਣੀ ਪਟਰਾਣੀ ਸਾਡੀ ਵੱਡੀਆਂ ਸਭ ਤੋਂ, ਵੀ ਤੇਰੀ ਪਟਰਾਣੀ ਬਣਨ ਦੀ ਖੁਸ਼ੀ ਦੇ ਵਿੱਚ ਅਸੀਂ ਪਾਰਟੀ ਕਰੀਏ, ਅਤੇ ਤੂੰ ਵੀ ਪੇ ਗਲਾਸ ਹੀ ਵੀ ਲਾਵਾਂਗੀਆਂ। ਤਾਰਾਂ ਰਾਣੀ ਨੇ ਪੇ ਦਾਰੂ ਕਿਤੇ ਪੀਤੀ ਨਹੀਂ ਤੀ, ਤਾਰਾਂ ਰਾਣੀ ਨੇ ਦੋ ਪੇਗ ਲਾਏ, ਤੀਜੇ ਪੇਗ ਨੂੰ ਗਲਗਸੇ ਹੋ ਗਈ। ਉਹਨਾਂ ਨੇ ਕੋਈ ਬੱਚਾ ਫੜ ਕੇ ਚੀਰ ਕੇ ਹੱਥ ਪੈਰ ਲਵੇੜ ਕੇ ਕੋ ਮਾਂ ਵਾਲਾ ਵਚਨ ਪੂਰਾ ਹੋਣਾ ਤੀ, ਡੈਣ ਬਣਨਾ ਤੀ, ਅਤੇ ਉਹਨੂੰ ਡੈਣ ਬਣਾ ਦਿੱਤਾ। ਹਰੀਚੰਦ ਰਾਜਾ ਸਕਾਰ ਖੇਡ ਕੇ ਆਇਆ, ਨਸ਼ੇ ਦੇ ਗਲਤਾਨ 'ਚ ਪਈ ਆ ਤਾਰਾਂ ਰਾਣੀ, ਬੋਲ ਮਾਰਿਆ ਵੀ ਤਾਰਾਂ ਰਾਣੀ ਵਾਰ ਖੋਲ। ਤਾਰਾਂ ਰਾਣੀ ਹੋਸ਼ ਹੁੰਦੀ ਤਾਂ ਬੋਲਦੀ, ਦੇ ਸੁਰਤ ਹੈ। ਫਿਰਦੇ ਤੁਰਦੇ ਸਾਰੀਆਂ ਰਾਣੀਆਂ ਕੋਲ ਜਾ ਆਇਆ, ਕਿਸੇ ਨੇ ਵਾਰ ਨਾ ਖੋਲ੍ਹਿਆ, ਕਿਉਂ ਵਚਨ ਕਹਿੰਦੀਆਂ ਤੀ ਵੀ ਉਸੇ ਡੈਣ ਕੋਲ ਜਾ। ਜਦੋਂ ਭਾਈ ਦਿਨ ਚੜ੍ਹਿਆ, ਤਾਰਾਂ ਰਾਣੀ ਨੂੰ ਮਾੜੀ ਮੋਟੀ ਹੋਸ਼ ਆਈ, ਅਤੇ ਉਹ ਕਹਿੰਦੀ ਕਿ ਵੇ, ਜਦੋਂ ਉਹਨੇ ਦੇਖਿਆ ਆਪਦਾ ਹੱਥ ਪੈਰ ਲਿਬੜੇ, ਕੋਲ ਹੱਡੀਆਂ ਹੁੱਡੀਆਂ ਖਿੰਡੀਆਂ, ਉਹਨੇ ਕੁਛ ਨਾ ਕੁਛ ਕਰਿਆ ਓਟ ਪੁੱਟ, ਪਰ ਨਸ਼ੇ 'ਚ ਉਹ ਤਾਂ ਹੋਇਆ ਨਾ ਸਾਫ ਸਪਈਆ। ਤਾਂ ਭਾਈ ਉਹਨੇ ਕੀ ਕੀਤਾ, ਹਰੀਚੰਦ ਰਾਜੇ ਦੇ ਜਦੋਂ ਦੇਖਿਆ ਵੀ ਵਾਰ ਤਾਂ ਖੋਲ੍ਹਦੀ ਨਹੀਂ, ਉਹਨੇ ਗੇਟ ਤੋੜ ਲਿਆ। ਜਦੋਂ ਅੰਦਰ ਗਿਆ ਕਹਾਂ ਬਾਕੀ ਸਹੀ, ਹੱਥ ਪੈਰ ਖੂਨ ਨਾਲ ਲਿਬੜੇ ਹੋਏ। ਹਰੀਚੰਦ ਰਾਜੇ ਨੇ ਗੁੱਤਣੀ ਫੜ ਲਈ ਤਾਰਾਂ ਰਾਣੀ ਦੀ, ਜਲਾਦ ਸੱਦ ਲਏ। ਜਲਾਦਾਂ ਨੂੰ ਕਹਿੰਦਾ ਵੀ ਇਹਦੀ ਗੱਲ ਸੱਚੀ, ਇਹ ਡੈਣ ਹੈ, ਇਹ ਕੋਈ ਰਾਣੀ ਰੂਣੀ ਨਹੀਂ, ਇਹਨੂੰ ਉੱਥੇ ਕਤਲ ਕਰਿਓ ਮੇਰੀ ਜੂਹ ਤੋਂ ਬਾਹਰ ਜਾ ਕੇ। ਉਹ ਕਹਿੰਦੇ ਵੀ ਠੀਕ ਹੈ। ਜਲਾਦਾਂ ਨੇ ਤਾਰਾਂ ਰਾਣੀ ਮੂਹਰੇ ਲਾ ਲਈ, ਚੱਲ ਪਏ। ਜਦੋਂ ਗਏ ਗਾਹਾਂ ਦੂਜੀ ਏਰੀਏ 'ਚ, ਉਹ ਕਹਿੰਦੇ ਤਾਰਾਂ ਰਾਣੀ ਜੇ ਤੈਨੂੰ ਛੱਡ ਦੇ, ਕਹਿੰਦੇ ਨਾ ਜੀ, ਮੇਰੇ ਪਤੀ ਦਾ ਹੁਕਮ ਹੈ, ਉਹ ਮੰਨੋ, ਪਰ ਮੇਰਾ ਵਾਅਦਾ ਪੂਰਾ ਕਰ ਦਿਓ ਜਿਹੜਾ ਮੈਂ ਕਹੂੰਗੀ। ਕਹਿੰਦਾ ਉਹ ਦੱਸ। ਕਹਿੰਦੀ ਵੀ ਮੈਨੂੰ ਇੱਕ ਤਾਂ ਲਿਆ ਦਿਓ ਕਿੰਚੀ, ਇੱਕ ਲਿਆ ਦਿਓ ਕਰਦ, ਇੱਕ ਲਿਆ ਦਿਓ ਠੂਠਾ, ਜੇ ਮੈਂ ਕਹੂੰ ਮੈਂ ਕਰ ਦਿਓ ਮੇਰਾ ਜੇ ਵੀਰ ਹੂੰ। ਉਹ ਕਹਿੰਦਾ ਵੀ ਠੀਕ ਹੈ। ਉਹਨੇ ਕੈਂਸੀ ਨਾਲ ਤਾਰਾਂ ਰਾਣੀ ਨੇ ਆਪਣੇ ਕੇਸ ਕੱਟ ਲਏ, ਐਂ ਰੱਖ 'ਤੇ ਕੱਟ ਕੇ, ਮਾਰ ਕੇ ਪੱਟਾਂ ਦੇ ਵਿੱਚ ਚੀਰੇ, ਜਿਹੜਾ ਉਹ ਠੂਠਾ ਲਿਆਉਂਦਾ ਸੀ ਰਤਨਾ ਭਰਤਾ। ਕਹਿੰਦੀ ਵੀ ਮੇਰੇ ਦੇਖਦੇ ਦੇਖਦੇ ਇਹਦਾ ਕੋਟ ਬਗਲ ਦਿਓ, ਕੋਟ ਬਗਲਤਾ। ਕਹਿੰਦੇ ਵੀ ਇਹਦੇ ਚਾਰੇ ਖੂੰਜਾਂ 'ਚ ਕੋਠੀਆਂ ਬਣਾ ਦਿਓ, ਉਹ ਵੀ ਬਣਾਤੀਆਂ। ਕਹਿੰਦੀ ਹੁਣ ਆਹ ਚੱਕੋ ਮੇਰੇ ਕੇਸ ਇਹਦੇ ਵਿੱਚ ਖੰਡਿਆ ਦਿਓ, ਜਿਹੜੀ ਕਹਿੰਦੀ ਮੇਰਾ ਪੇਟ 'ਤੇ ਸਿਰ ਹੂ, ਧੜ 'ਤੇ ਸਿਰ, ਇਹਦੇ ਵਿੱਚ ਸਿੱਟ ਦਿਓ। ਜਿਹੜੀ ਮੇਰੀ ਜੀਭ ਹੈ ਵੱਢ ਕੇ ਵਾਰ 'ਚ ਕੱਢ ਦਿਓ, ਜਿਹੜੇ ਮੇਰੇ ਨੇਤਰ ਨੇ ਉੱਤੇ ਰੱਖ ਦਿਓ ਜੀਭ ਦੇ। ਕਹਿੰਦੀ ਇਹ ਕੰਮ ਕਰ ਦਿਓ ਬਾਈ। ਤਾਰਾਂ ਰਾਣੀ ਨੇ ਛੱਡਿਆ ਚੋਲਾ ਉਹਦਾ, ਇੰਦਰ ਮਹਾ ਦੀਆਂ ਪਰੰਗਣਾ ਜਾ ਰਲੀ। ਉਹ ਭਾਈ ਉਵੇਂ ਜ਼ਿਕਰੀ ਕਰੀ ਗਏ ਮਿੱਟੀ ਨਾਲ। ਤਾਂ ਕੀ ਬਣਿਆ, ਜਿਹੜੇ ਤਾਰਾਂ ਰਾਣੀ ਦੇ ਕੇਸ 'ਤੇ ਉਹਦਾ ਵਾਕ ਬਣ ਗਿਆ, ਜਿਹੜਾ ਤਾਰਾਂ ਰਾਣੀ ਦੇ ਰੱਤ ਦਾ ਕੋਟ ਵਗਲਿਆ ਸੀ ਸਿਉਣੇ ਦਾ ਬਣ ਗਿਆ, ਜਿਹੜੀਆਂ ਕੋਠੀਆਂ ਪਾਈਆਂ ਸੀ ਸਿਉਣੇ ਦੀਆਂ ਬਣ ਗਈਆਂ, ਜਿਹੜਾ ਧੜਤੇ ਸੀ ਸਿੱਟਾ ਤੀ ਉਹ ਤੋਂ ਸਰੋਵਰ ਬਣ ਗਏ, ਜਿਹੜੇ ਜੀਭ ਤੀ ਉਹਦਾ ਮਰੁੱਖ ਬਣ ਗਿਆ, ਜਿਹੜੇ ਨੇਤਰ ਤੀ ਤਾਰਾਂ ਰਾਣੀ ਦੇ ਉਹਦੇ ਚੱਕ ਬਾਤੇ ਚੱਕ ਵੀ ਬਣ ਗਏ। ਤਾਂ ਹਰੀਚੰਦ ਵਾਰ ਸਾਹਿਬ ਵਜ਼ੀਰ ਦੇ ਨਾਲ ਸਕਾਰ ਖੇਡਣ ਗਏ,
ਤਾਂ ਉਹ ਬਾਗ ਕੋਲ ਆ ਗਿਆ। ਕਹਿੰਦਾ ਉਹ ਵਜ਼ੀਰਾ ਕਿੰਨਾ ਵਧੀਆ ਬਾਗ ਆ ਯਾਰ, ਸੋਨੇ ਦਾ ਕੋਟ ਵੱਜਿਆ ਹੋਇਆ, ਕੋਈ ਇੱਥੇ ਬਾਗ ਸੂਕ ਨਾ ਹੋਊ। ਉਹ ਕਹਿੰਦਾ ਜੀ ਮੈਨੂੰ ਕੀ ਪਤਾ, ਚੱਲ ਆਪਾਂ ਲੰਘ ਚੱਲ। ਉਹ ਕਹਿੰਦਾ ਨਹੀਂ ਜਾ, ਸਰਾਮ ਕਰਾਂਗੇ। ਕਿਉਂ? ਥੋੜ੍ਹੀ ਦੂਰ 'ਤੇ ਉੱਤੋਂ ਹਰੀਚੰਦ ਬਾਦਸ਼ਾਹ ਦਾ ਪਿੰਡ। ਉਹ ਕਹਿੰਦਾ ਤੂੰ ਕਰ ਲੈ ਜੀ, ਮੈਂ ਨਹੀਂ ਕਰਦਾ ਸਰਾਮ, ਮੈਂ ਤਾਂ ਪਿੰਡੀ ਕਰੂੰ। ਹਰੀਚੰਦ ਰਾਜੇ ਨੇ ਉਹ ਰੁੱਖ ਨਾਲ ਜੀ ਢੂੰ ਲਾ ਕੇ ਬਹਿ ਗਿਆ। ਤਾਂ ਚੱਕਬਾ ਅਤੇ ਚੱਕਬੀ ਆਈ, ਕਹਿੰਦੀ ਵੀ ਚੱਕ ਬਿਆ ਗੱਲ ਸੁਣਾ। ਕਹਿੰਦਾ ਕੋਈ ਪਾਪੀ ਸੁਣਦਾ ਹੋਊ ਰਹਿਣ ਦੇ। ਕਹਿੰਦੀ ਨਾ ਸੁਣਾ। ਕਹਿੰਦਾ ਹੱਡ ਬੀਤੀ ਸੁਣਾਵਾਂਗੇ ਜੱਗ ਬੀਤੀ? ਉਹ ਕਹਿੰਦੀ ਜੱਗ ਬੀਤੀ ਤਾਂ ਪੱਖਾ ਨਾ ਦੇਖਦੇ ਹਾਂ, ਹੱਡ ਬੀਤੀ ਸੁਣਾ। ਉਹ ਕਹਿੰਦਾ ਵੀ ਇੱਕ ਹਰੀਚੰਦ ਵਾਰਸਾ ਤੀ, ਉਹ ਸਾਧ ਬਣਨ ਗਿਆ ਤੀ, ਉਹਨੂੰ ਸੁਪਨੇ ਰਾਹੀਂ ਤਾਰਾਂ ਰਾਣੀ ਵਹੀ ਤੀ। ਹਰੀਚੰਦ ਵਾਰਸ਼ਾਹ ਨੇ ਉਹਦੀਆਂ ਗੱਲਾਂ ਲਿਖਣ ਲੱਗ ਗਿਆ ਕਾਪੀ 'ਤੇ, ਵੀ ਚੱਕਬੀ ਦੀਆਂ ਗੱਲਾਂ ਲਿਖਾਂਗੇ ਆਪਾਂ, ਵੀ ਕੀ ਬੋਲਦਾ। ਕਹਿੰਦੀ ਫਿਰ ਕਹਿੰਦਾ ਉਹਦੀ ਮਾਂ ਤੋਂ ਵਚਨ ਹੋ ਗਿਆ ਵੀ ਡੈਣ ਆ ਗਈ। ਕਹਿੰਦਾ ਉਹਦੀਆਂ ਰਾਣੀਆਂ ਨੇ ਸੁੱਚੀ ਬਣਾਤੀ ਫਿਰ ਡੈਣ। ਕਹਿੰਦਾ ਜਿੱਥੇ ਆਪਾਂ ਰਹਿੰਦੇ ਇੱਥੇ ਤਾਰਾਂ ਰਾਣੀ ਦਾ ਕਤਲ ਹੋਇਆ ਹੋਇਆ, ਹੁਣ ਪੈ ਜਾ ਤੂੰ। ਉਹ ਕਹਿੰਦੀ ਤਾਂ ਹੱਡ ਜੱਗ ਬੀਤੀ, ਹੱਡ ਬੀਤੀ ਤਾਂ ਆਈ ਨਹੀਂ। ਕਹਿੰਦਾ ਫਿਰ ਜਿਹੜਾ ਕਹਿੰਦਾ ਬਾਗ ਆ ਤਾਰਾਂ ਰਾਣੀ ਦੇ ਸਿਰ ਦੇ ਕੇਸ ਨੇ ਇਹ। ਕਹਿੰਦੀ ਅੱਛਾ। ਕਹਿੰਦਾ ਜਿਹੜਾ ਸਰੋਵਰ ਆ ਤਾਰਾਂ ਰਾਣੀ ਦਾ ਸਿਰ 'ਤੇ ਧੜ ਹੈ। ਕਹਿੰਦੀ ਅੱਛਾ। ਕਹਿੰਦਾ ਜਿਹੜੇ ਤੇ ਉੱਤੇ ਆਪਾਂ ਬੈਠੇ ਹਾਂ ਤਾਰਾਂ ਰਾਣੀ ਦੀ ਜੀਭ ਹੈ। ਹਰੀਚੰਦ ਰਾਜ ਨੇ ਛਾਲ ਮਾਰ ਕੇ ਖੜਾ ਹੋ ਗਿਆ ਵੀ ਹਾਲ ਆਪਾਂ ਜਨਾਨੀ ਦੀ ਜੀਭ ਨਾਲ ਬੈਠੇ। ਕਹਿੰਦਾ ਜਿਹੜੇ ਆਪਾਂ ਤਾਰਾਂ ਰਾਣੀ ਦੇ ਨੇਤਰ ਹੈ, ਹੁਣ ਪੈ ਜਾ। ਹਰੀਚੰਦ ਰਾਜ ਨੇ ਤਾਂ ਉਹਦੀ ਲਾਤੀ ਕੂੜੇ ਨੋਡੀ। ਉਹਨੇ ਸੋਚਿਆ ਉਹਨਾਂ ਆ ਕੇ ਰਸਤੇ 'ਚ ਵੀ ਇਹ ਕੋਈ ਗੱਲ ਹੋਰ ਵੀ ਸੁਣਾਉਣਗੇ, ਵੀ ਆਪਣਾ ਕਿਹੜਾ ਇਹਨਾਂ ਨੂੰ ਪਤਾ ਲੱਗਿਆ ਵੀ ਆਪਾਂ ਚੰਗੀ ਤਰ੍ਹਾਂ ਦੁਬਾਰੇ ਚੱਲ ਮੁੜ ਕੇ। ਬਾਗ ਦੇ ਵਿੱਚ ਵੱਗ ਗਿਆ ਦੁਬਾਰੇ, ਗੇੜੇ ਫੇੜੇ ਦਿੰਦਾ ਫਿਰਦਾ। ਚੱਕ ਬਾ ਚੱਕ ਵੀ ਫਿਰ ਆਪਦੀ ਬੋਲ ਪਏ। ਕਹਿੰਦੇ ਵੀ ਚੱਕ ਪਿਆ, ਮੈਂ ਤੈਨੂੰ ਇੱਕ ਗੱਲ ਪੁੱਛਾਂ, ਮੈਨੂੰ ਸੰਸਾ ਲੱਗਿਆ ਪਿਆ। ਕਹਿੰਦਾ ਤੂੰ ਪੁੱਛ ਲੈ ਹੁਣ ਜਿਹੜਾ ਕੁਛ ਪੁੱਛਣਾ। ਕਹਿੰਦੀ ਮੈਨੂੰ ਐਂ ਦੱਸ ਵੀ ਜਿਹੜਾ ਮੰਨ ਕੇ ਚੱਲ ਤੂੰ ਕਹਿੰਦਾ, ਜੇ ਕਹਿੰਦੀ ਹਰੀਚੰਦ ਰਾਜੇ ਨੇ ਤਾਰਾਂ ਰਾਣੀ ਦੁਬਾਰੇ ਵਿਆਹੁਣੀ ਹੋਵੇ, ਕਹਿੰਦਾ ਤੂੰ ਕਮਰ ਪਾਉਣੀ ਹੈ ਮਸਾਂ ਗਈ ਹੈ? ਕਹਿੰਦੀ ਨਾ, ਮੈਨੂੰ ਤਾਂ ਦੱਸ। ਕਹਿੰਦਾ ਜਿਵੇਂ ਪਹਿਲਾਂ ਕਰ ਲਿਆ ਤੂੰ, ਮੈਂ ਹੁਣ ਕਰ ਲਏ। ਹਰੀਚੰਦ ਰਾਜੇ ਨੇ ਤਾਂ ਉਹਦੀ ਲਾਤੀ ਕੂੜੇ ਨੋਡੀ, ਬਾਗ 'ਚ ਵੱਜਿਆ ਜਾ ਕੇ ਮੰਜਕਰੀ ਭਾਈ। ਤਾਕਤ ਤਾਂ ਉੱਤਰ ਨਹੀਂ ਤੀ, ਹੁਣ ਜਦੋਂ ਪਾਂਚਨ ਹੋਈ ਤੀ ਸੰਤਾਂ ਨੇ, ਤਾਕਤ ਉੱਤਰਿਆ ਪਰੰਗਾਂ ਦਾ ਤਾਰਾਂ ਦੇ ਲੀੜੇ ਫਿਰ ਤਾਂ ਉਹਨੇ ਲੱਦ ਕੇ ਫਿਰ ਥੱਲੇ ਕਰ ਲਈ ਹਰੀਚੰਦ ਰਾਜੇ ਨੇ। ਉਹ ਕਹਿੰਦੀ ਉਸੇ ਦੁੱਟੇ ਕੋਲ ਕੱਪੜੇ ਨੇ, ਇੰਦਰ ਮਹਾਰਾਜ ਨੂੰ ਲਾਂਭੇ ਦੇਣ ਲੱਗੀ, ਮਹਾਰਾਜ ਸੱਚੇ ਪਾਤਸ਼ਾਹ ਜੀ ਬੀਤਾ ਨੰਗ ਖੜਿਆ ਤੇਰਾ ਨੰਗ ਢੱਕ। ਉਹਨੇ ਫਿਰ ਕੀ ਕੀਤਾ ਭਾਈ ਹਰੀਚੰਦ ਰਾਜਾ, ਉਹਨੇ ਇੰਦਰ ਮਹਾਰਾਜ ਨੇ ਪਰੀਆਂ ਦੇ ਰੋਮ ਵਧਾ ਤੇ ਸਿਰ ਦੇ ਪੈਰਾਂ ਤੱਕ ਲਿਆ ਤੇ ਨੰਗ ਢੱਕਤਾ। ਜਾ ਕੇ ਕਹਿੰਦੀ ਦੁੱਟਿਆ ਹੁਣ ਤਾਂ ਸਾਡੇ ਬਹੱਤਰ ਦੇ। ਉਹਨੇ ਭਾਈ ਤਾਰਾਂ ਰਾਣੀ ਦੇ ਹੱਥ ਬੰਨ ਕੇ ਖੜ ਗਿਆ ਵੀ ਤਾਰਾਂ ਰਾਣੀ ਮੈਨੂੰ ਇਹ ਗੱਲ ਦਾ ਪਤਾ ਨਹੀਂ ਤੀ, ਵੀ ਜਾਂ ਤਾਂ ਹੁਣ ਵਚਨ ਮੋੜ ਦੇ ਫਿਰ ਮੈਂ ਬਹੱਤਰ ਦੇ ਸਕਦਾ ਤੇਰੇ, ਜਾਂ ਮੈਨੂੰ ਮਾਫ਼ ਕਰ ਦੇ। ਉਹ ਕਹਿੰਦੀ ਭੈਣੇ ਜਾਓ ਤੁਸੀਂ, ਵੀ ਮੈਂ ਵਚਨਾਂ ਦੀ ਵੱਜੀ ਹੋਈ ਹਾਂ, ਮੈਂ ਨਹੀਂ ਉਹ ਕਰ ਸਕਦੀ। ਤਾਰਾਂ ਰਾਣੀ ਨਾਲ ਦੁਬਾਰੇ ਵਿਆਹ ਹਰੀਚੰਦ ਵਾਰਸ਼ਾਹ ਦਾ ਹੋ ਚੁੱਕਿਆ। ਤਾਂ ਹਰੀਚੰਦ ਰਾਜਾ ਸ਼ਿਕਾਰ ਖੇਡਣ ਜਾਂਦਾ ਹੁੰਦਾ, ਉਹਦਾ ਇਹ ਸ਼ਿਕਾਰ ਨਹੀਂ ਤੀ ਵੀ ਕਿਸੇ ਨੂੰ ਮਾਰਦਾ ਉਹ, ਜੇ ਕੋਈ ਤਾਕੜਾ ਮਾੜੇ ਨੂੰ ਤੰਗ ਕਰਦਾ ਉਹਨੂੰ ਛਡਾ ਦੇਣਾ। ਤਾਂ ਹਰੀਚੰਦ ਵਾਰਸ਼ਾਹ ਸ਼ਿਕਾਰ ਖੇਡ ਕੇ ਮੁੜਿਆ ਕਰੇ। ਤਾਰਾਂ ਰਾਣੀ ਕਹਿੰਦੀ ਜੀ ਸ਼ਿਕਾਰ ਖੇਡਣ ਵਗ ਜਾਂਦੇ, ਉਹ ਕੁਛ ਲਿਆਉਂਦੇ ਹੀ ਨਹੀਂ ਮਾਰ ਕੇ। ਕਹਿੰਦਾ ਤਾਰਾਂ ਰਾਣੀ ਮੇਰਾ ਇਹ ਸ਼ਿਕਾਰ ਨਹੀਂ ਹੈਗਾ, ਮੇਰਾ ਇਹ ਸ਼ਿਕਾਰ ਹੈ ਕੋਈ ਤਾਕੜਾ ਮਾੜੇ ਨੂੰ ਤੰਗ ਕਰਦਾ ਉਹਨੂੰ ਛਡਾਉਣਾ। ਕਹਿੰਦੀ ਫਿਰ ਮੈਂ ਵੀ ਚੱਲਿਆ ਕਰੂੰ ਤਾਂ ਸ਼ਿਕਾਰ ਖੇਡਣ। ਉਹ ਕਹਿੰਦਾ ਤਾਰਾਂ ਰਾਣੀ ਭੁੱਖੇ ਧਿਆਨ ਨੂੰ ਰਹਿਣਾ ਪੈਂਦਾ, ਤੂੰ ਹੈ ਰਾਣੀ ਤੂੰ ਕਿੱਥੋਂ ਕੱਟ ਲੇਂਗੀ? ਕਹਿੰਦੀ ਨਾ ਜੀ, ਜਿੱਥੇ ਤੁਸੀਂ ਪਾਣੀ ਤਾਂ ਨਹੀਂ ਪੀਵਾਂ ਕਿੱਥੇ ਮੈਂ ਪੀ ਲੂੰ। ਹਰੀਚੰਦ ਵਾਰਸ਼ਾਹ ਅਤੇ ਤਾਰਾਂ ਰਾਣੀ ਸ਼ਿਕਾਰ ਖੇਡਣ ਜਾਂਦੇ ਨੇ, ਤਾਂ ਤਾਰਾਂ ਰਾਣੀ ਨੂੰ ਤੇਹ ਲੱਗੀ।
ਕਹਿੰਦੀ ਕਿ ਵੀ ਰਾਜਾ ਜੀ ਕਹਿੰਦੀ ਤੇਹ ਲੱਗੀ ਹੈ। ਕਹਿੰਦਾ ਮੈਂ ਤੈਨੂੰ ਕੀ ਕਿਹਾ ਤੇ ਵੀ ਤੁਹਾਡੇ ਨਾਲ ਨਾ ਜਾਈ, ਅਸੀਂ ਤਾਂ ਭੁੱਖੇ ਤੋਂ ਹੀ ਕੱਢਦੇ ਹਾਂ। ਜਦੋਂ ਭਾਈ ਹਰੀਚੰਦ ਰਾਜਾ ਉੱਚੇ ਥਾਵੇਂ ਹੋਇਆ ਤਾਂ ਉਹਨੂੰ ਅੱਗ ਨਜ਼ਰ ਆਈ, ਧੂੰਆਂ ਦਿਸਿਆ। ਕਹਿੰਦਾ ਰਾਣੀ ਜਿੱਥੇ ਅੱਗ ਦੇਵਤਾ ਉੱਥੇ ਜਲ ਦੇਵਤਾ ਵੀ ਲਾਜ਼ਮੀ ਹੋਊ, ਆ ਜਾ ਕਹਿੰਦਾ ਉੱਥੇ ਧੂੰਆਂ ਲਿਕਲਦਾ, ਉੱਥੇ ਨੂੰ ਚੱਲਦੇ ਹਾਂ। ਕਿੱਥੇ ਗਿਆ ਹਰੀਚੰਦ ਰਾਜਾ? ਤਾਂ ਰਾਣੀ ਨੂੰ ਲੈ ਕੇ ਠੱਗਾਂ ਦੀ ਕੋਠੀ ਝੁੰਬੀ 'ਚ। ਉਹ ਠੱਗ ਪੰਜ ਤੀ ਗਏ ਪਿਓ ਪੁੱਤ, ਉੱਥੇ ਪਹਿਲਾਂ ਇੱਕ ਰਾਣੀ ਠੱਗੀ ਹੋਈ ਅਤੇ ਉਹ ਸਰਵਾਹੀ ਜਾਂਦੀ ਤੀ ਜਦੋਂ ਹਰੀਚੰਦ ਬਾਦਸ਼ਾਹ ਗਿਆ। ਤਾਂ ਉਹਨੇ ਬੁੜੀ ਨੇ ਠੱਗਣੀ ਨੇ ਕੀ ਕੀਤਾ, ਖੂਹੀ ਤੀ, ਖੂਹੀ ਦੇ ਉੱਤੇ ਮੰਜਾੜਾ ਤਾਂ ਕੱਚੇ ਤਾਗਿਆਂ ਦਾ, ਉੱਤੇ ਵਸਾ ਤਾ ਗਦੇਲਾ, ਵੀ ਰਾਜਾ ਮੰਜੇ ਦੇ ਉੱਤੇ ਬੈਠੂ, ਖੂਹੀ 'ਚ ਚੜਗੂ, ਵੀ ਰਾਣੀ ਆਪਾਂ ਰੱਖ ਲਵਾਂਗੇ। ਤਾਂ ਉਹ ਸਿਰ ਵਾਹੁੰਦੀ ਨੇ ਦੋ ਵਾਰਾਂ ਥੱਲੇ ਉਂਗਲ ਮਾਰੀ ਵੀ ਗਦੇਲੇ 'ਤੇ ਚੋਭ ਲਾ ਕੇ ਦੇ ਕਿਰਪਾਨ ਦੀ, ਬੂਤੇ ਨਾਲ ਬੈਠੀ। ਕਿਉਂਕਿ ਜਦੋਂ ਉਹਨੇ ਮਾਰੀ ਖੰਡੇ ਦੀਆਂ ਚੋਭ, ਹਰੀਚੰਦ ਬਾਦਸ਼ਾਹ ਨੇ ਗਦੇਲਾ ਖੂਹ ਚੜ ਗਿਆ। ਕਹਿੰਦਾ ਚਾਰ ਰਾਣੀ ਆਪਾਂ ਤਾਂ ਟੁੱਟੀ ਦਾ ਪਾਣੀ ਨਹੀਂ ਪੀਂਦੇ। ਉਹਨੇ ਭਾਈ ਠੱਗਣੀ ਨੇ ਘੋੜੇ ਦੀਆਂ ਬਾਗਾਂ ਫੜ ਲਈਆਂ, ਕਿਉਂਕਿ ਹਰੀਚੰਦ ਬਾਦਸ਼ਾਹ ਨੇ ਮਿਆਨ 'ਚੋਂ ਕੱਢ ਲਈ ਕਿਰਪਾਨ। ਕਹਿੰਦਾ ਛੱਡ ਦਿਆਂ ਕਿਵੇਂ ਕਰਦੀਆਂ, ਹੁਣ ਜਾਣ ਹਰੇਕ ਨੂੰ ਪਿਆਰੀ ਆ, ਉਹਨੇ ਛੱਡ ਕੇ ਠੱਗਣੀ ਪਰਾਂ ਹੋ ਗਈ। ਠੱਗਣੀ ਨੇ ਸੋਚਿਆ ਵੀ ਇਹ ਲੰਘ ਨਾ ਜਾਣ, ਉਹਨੇ ਆਪਣੀ ਝੁੰਬੀ ਨੂੰ ਅੱਗ ਲਾਤੀ। ਜਿੱਥੇ ਸਿੱਥੇ ਠੱਗ ਬੈਠੇ ਤੀ ਭੱਜ ਲਏ, ਕਿਉਂਕਿ ਘਰ ਮੱਚੀ ਜਾਂਦਾ। ਜਦੋਂ ਆਏ ਕਹਿੰਦਾ ਇਹ ਕੀ ਕਰਿਆ ਘਰ ਮੱਚੀ ਜਾਂਦਾ? ਕਹਿੰਦੀ ਘਰ ਤਾਂ ਫਿਰ ਵੀ ਬਣ ਜੂ, ਚਾਰ ਪੂੜੇ ਬੰਨ ਲਾਂਗੇ। ਕਹਿੰਦੇ ਆ ਟਿੱਬਾ 'ਤੇ ਪਹਿਲੇ ਪਾਸੇ ਲੰਘ ਹੈ, ਸੋਨੇ ਦਾ ਬੱਦਲ ਜੇ ਘੇਰਨਾ ਘੇਰ ਲਓ। ਦਾਵੜ ਦਾਵੜ ਆਉਂਦੀ ਹੈ ਮਗਰ ਹੁੰਦੀ, ਤਾਂ ਰਾਣੀ ਘੋੜੇ ਦੇ ਮਗਰ ਬੈਠੀ ਹਰੀਚੰਦ ਬਾਦਸ਼ਾਹ ਦੇ। ਕਹਿੰਦੀ ਜੀ ਮਾੜਾ ਜਿਹਾ ਘੋੜਾ ਛੇੜ ਦਿਓ, ਮਗਰ ਦਾਵੜ ਦਾਵੜ ਹੁੰਦੀ ਹੈ। ਹਰੀਚੰਦ ਰਾਜਾ ਕਹਿੰਦਾ ਤਾਰਾ ਰਾਣੀ ਮੇਰਾ ਸਕਾਰ ਹੀ ਇਹ ਹੈ, ਮੈਂ ਇਹੀ ਸਕਾਰ ਖੇਡਣਾ ਹੁੰਦਾ। ਉਹਨੇ ਠੱਗਾਂ ਕਿੰਨੀ ਨੂੰ ਘੋੜਾ ਮੋੜਤਾ, ਆਉਂਦੇ ਨੇ ਠੱਗ ਭੱਜੇ। ਕਹਿੰਦਾ ਵੀ ਰੁਕ ਜਾਓ ਇੱਥੇ, ਰੁਕ ਗਏ। ਕਹਿੰਦਾ ਤੂੰ ਐਂ ਕਰਿਆ ਵਾਹ ਕਰਿਆ, ਕਹਿੰਦਾ ਮੈਂ ਤੁਹਾਨੂੰ ਜਾਣਦਾ ਵੀ ਤੁਸੀਂ ਕੌਣ ਹੋ, ਪਰ ਕਹਿੰਦਾ ਇੱਕ ਗੱਲ ਹੈਗੀ ਹੈ, ਕਹਿੰਦਾ ਮੈਂ ਕਿਸੇ 'ਤੇ ਵਾਰ ਨਹੀਂ ਕਰਦਾ, ਪਹਿਲ ਦਿੰਦਾ, ਦੋ ਵਾਰ ਤੁਹਾਡੇ ਨੇ, ਦੋ ਮੇਰੇ ਨੇ, ਪਹਿਲਾਂ ਕਰਨੇ ਨੇ ਕਿ ਮਗਰੋਂ। ਉਹ ਕਹਿੰਦਾ ਜੀ ਫਿਰ ਪਹਿਲਾਂ ਹੀ ਕਰ ਲੈਂਦੇ ਅਸੀਂ। ਕਹਿੰਦਾ ਤਾਂ ਕਰ ਲਓ। ਜਦੋਂ ਠੱਗਾਂ ਨੇ ਵਾਰ ਕਰਿਆ, ਹਰੀਚੰਦ ਰਾਜੇ ਦਾ ਘੋੜਾ ਧਰਤੀ ਛਪ ਗਿਆ, ਵਾਰ ਖਾਲੀ ਲੰਘ ਗਿਆ। ਉਹਨਾਂ ਨੇ ਦੁਬਾਰੇ ਧਰਤੀ ਨੂੰ ਕਰਿਆ ਵਾਰ, ਘੋੜਾ ਤਾਹਾਂ ਚੜ ਗਿਆ, ਦੋਨੇ ਵਾਰ ਖਾਲੀ ਗਏ। ਲੈ ਕਹਿੰਦਾ ਭਾਈ ਹੁਣ ਮੇਰੀ ਵਾਰੀ ਆ ਗਈ, ਹੁਣ 18 ਸੇਰ ਦਾ ਖੰਡਾ ਤੇ ਹਰੀਚੰਦ ਬਾਦਸ਼ਾਹ ਕੋਲ। ਹੁਣ ਕਿ ਜਦੋਂ ਚਲਾਇਆ ਬਥੇਰੇ ਵਿੰਗੇ ਟੇਢੇ ਜੋ ਦੋ ਵਿੱਚ ਦਿਨ ਘਾਤਾ, ਅਤੇ ਕਹਿੰਦਾ ਲੈ ਇੱਕ ਵਾਰ ਹੋਰ ਲੈ ਜਾਓ ਭਾਈ ਹੁਣ ਮੇਥੋਂ ਜਾਂਦੇ ਹੋਏ। ਇਕੱਲਾ ਕਾਣਾ ਠੱਗ ਰਹਿ ਗਿਆ ਪਿਓ, ਚਾਰੇ ਪੁੱਤ ਮਾਰਤੇ, ਪੈਰੀ ਡਿੱਗ ਪਿਆ। ਕਹਿੰਦਾ ਹਾਂ ਜੀ ਬੜਾ ਸੋਹਣਾ ਕੰਮ ਕਰਿਆ ਤਾ ਤੁਸੀਂ। ਕਹਿੰਦਾ ਕਿਉਂ? ਕਹਿੰਦਾ ਮੈਂ ਐਡਾ ਭਲਾ ਮਾਣਸ ਬੰਦਾ ਤੀ, ਮੈਂ ਕਿਰਤ ਕਮਾਈ ਕਰਦਾ ਹੁੰਦਾ, ਖਾਂਦਾ ਹੁੰਦਾ। ਕਹਿੰਦਾ ਕੁੱਟ ਕੁੱਟ ਮੈਨੂੰ ਠੱਗੀ ਮਾਰਨ ਲਾ ਲਿਆ ਇਹਨਾਂ ਨੇ। ਕਹਿੰਦਾ ਬੜਾ ਸੋਹਣਾ ਕੰਮ ਕਰਿਆ ਜੀ, ਮੈਨੂੰ ਤੁਹਾਨੂੰ ਉੱਕਰ ਚੁੱਕਰ ਰੱਖ ਲਓ, ਮੈਂ ਤਾਂ ਨਾਲ ਹੀ ਲੈ ਚੱਲੂ, ਮੈਂ ਕੀ ਕਰਨਾ ਉਰੇ। ਉਹ ਤਾਰਾ ਰਾਣੀ ਨੂੰ ਤਰਸ ਆਇਆ, ਕਹਿੰਦੀ ਜੀ ਲੈ ਚੱਲਦੇ ਹਾਂ। ਕਹਿੰਦਾ ਤਾਰਾ ਰਾਣੀ ਜਿਹਦੇ 'ਚ ਚਾਰ ਪੁੱਤ ਮਾਰ ਤੋਂ ਭਰੀ ਨਹੀਂ ਗੁਜ਼ਾਰਦਾ। ਕਹਿੰਦੀ ਐਂ ਕਰਦੇ ਆਪਾਂ ਕੁਛ ਨਹੀਂ, ਕਹਿੰਦਾ ਕਹਿੰਦੀ ਘੋੜਿਆਂ ਦੇ ਘਾਹ ਘੁੱਤ ਰੱਖ ਲਾਂਗੇ, ਰੁੱਟ ਟੁੱਕ ਦੇ ਚੱਲਾਂਗੇ। ਕਹਿੰਦਾ ਲੈ ਕੰਡੇ ਬੀਜਦੇ ਹਾਂ, ਹਾਥੀ ਚੁਗਣੇ ਪੈਣਗੇ। ਕਹਿੰਦੀ ਕੋਈ ਨਾ, ਦੇਖੀ ਜਾਓ ਜਦੋਂ ਚੁਗਾਂਗੇ। ਤਾਂ ਚੱਲ ਪਏ, ਤਾਂ ਤਲਾਅ ਦੇ ਉੱਤੇ ਪਹੁੰਚੇ ਕਿਸੇ ਦੇ। ਹਰੀਚੰਦ ਬਾਦਸ਼ਾਹ ਨੇ ਪਾਣੀ ਪੀ ਲਿਆ, ਆ ਕੇ ਬਹਿ ਗਿਆ, ਬਹਿ ਗਿਆ ਅਤੇ ਪੈ ਗਿਆ, ਪੈ ਗਿਆ ਅਤੇ ਸੌਂ ਗਿਆ। ਹਰੀਚੰਦ ਰਾਜੇ ਨੂੰ ਨੀਂਦ ਆ ਗਈ। ਤਾਰਾ ਰਾਣੀ ਸਿਰਹਾਣੇ ਬੈਠੀ ਹੈ ਅਤੇ ਹੈ ਹੀ ਹੈ, ਠੱਗ ਬੈਠਾ ਕੋਲੇ। ਉਹਨੇ ਸੋਚਿਆ ਵੀ ਜੇ ਮੈਂ ਛੱਡ ਕੇ ਜਾਂਦੀ ਹਾਂ ਕਿਤੇ ਰਾਜ ਵਾਲੀ ਗੱਲ ਸੱਚੀ ਨਾ ਹੋ ਜੇ। ਉਹਨੇ ਆਖਿਆ ਵੀ ਇਹਨੂੰ ਘਾਹ ਖੋਤਣ ਲਾਈਏ। ਕਹਿੰਦੀ ਬਾਬਾ ਘੋੜੇ ਨੂੰ ਘਾਹ ਖੋਤ ਲਿਆ ਰੁਗਾ। ਕਹਿੰਦਾ ਲਿਆਉਣਾ ਬੇਟੀ।
ਹੁਣ ਬਾਗ ਦਾ ਕੰਮ ਸੀ, ਬੂਟੇ ਪੰਜ ਚਾਰ ਛੱਡ ਕੇ ਬਹਿ ਗਿਆ ਲੁੱਕੇ। ਤਾਰਾ ਰਾਣੀ ਨੇ ਸੋਚਿਆ ਵੀ ਬਾਬਾ ਤਾਂ ਦੂਰ ਨਾ ਗਿਆ ਘਾਹ ਲੈਣ। ਤਾਰਾ ਰਾਣੀ ਤਲਾਅ ਨੂੰ ਭੱਜਲੀ ਪਾਣੀ ਪੀਣ, ਕਿਉਂਕਿ 18 ਸਿਰ ਦਾ ਖੰਡਾ ਚੱਕਿਆ ਠੱਗ ਨੇ ਹਰੀਚੰਦ ਰਾਜੇ ਦਾ, ਧੜਤੇ ਸੀ ਛੱਡ ਕਰਤੇ। ਕਿਉਂ? ਉਹਨੂੰ ਵਚਨ ਹੋਇਆ ਸੀ ਵੀ ਇੱਕ ਵਾਰ ਮਰੇਗਾ ਸਾਧ ਦਾ, ਧੜਤੇ ਸੀ ਇਸ ਕਰੇ ਅੱਡ, ਅਤੇ ਉੱਧਰ ਨੂੰ ਚੱਲ ਪਿਆ ਤਾਰਾ ਰਾਣੀ ਗਿਰੀ ਨੂੰ ਠੱਗ। ਤਾਰਾ ਰਾਣੀ ਖੁਸ਼ ਹੋ ਗਈ, ਕਹਿੰਦੀ ਹਾਂ ਬਾਹਲਾ ਸੋਹਣਾ ਕੰਮ ਕਰਿਆ ਜੀ ਤਾਂ ਤੁਸੀਂ। ਕਹਿੰਦਾ ਕਿਉਂ? ਕਹਿੰਦੀ ਕਿਹੜੀਆਂ ਰਾਣੀਆਂ ਸਕਾਰ ਖੇਡਦੇ ਨੇ, ਮੈਨੂੰ ਨਾਂ ਰੱਖਦਾ ਰਹੇ ਭੁੱਖੀ ਦੇਹੀ ਨੂੰ, ਆਹ ਤਾਂ ਬੜਾ ਵਧੀਆ ਕੰਮ ਕਰਿਆ ਤੁਸੀਂ, ਮੈਨੂੰ ਸਮਝਦੇ ਆਪਦੇ ਨਾਲ ਲੈ ਕੇ ਚੱਲੋ। ਕਾਣੇ ਠੱਗ ਨੇ ਘੋੜੇ 'ਤੇ ਬਿਠਾ ਲਈ ਤਾਰਾ ਰਾਣੀ ਮਗਰ ਆਪਦੀ ਕੁਟੀਆ ਨੂੰ ਮੁੜ ਪਿਆ ਹਰੀਚੰਦ ਬਾਦਸ਼ਾਹ ਦਾ ਕਤਲ ਕਰਕੇ। ਤਾਂ ਮੰਨ ਕੇ ਚੱਲ ਥੋੜ੍ਹੀ ਜਿਹੀ ਦੂਰ ਗਈ, ਤਾਰਾ ਰਾਣੀ ਕਹਿੰਦੀ ਹਾਂ ਹਾਂ ਹਾਂ। ਕਹਿੰਦਾ ਕੀ ਗੱਲ? ਕਹਿੰਦੀ ਜਿਹੜੀ ਤਾਂ ਇਲ ਫਿਰਦੀ ਆ ਜੀ, ਕਹਿੰਦੀ ਐਡਾ ਨਿਸ਼ਾਨ ਕੀਤੀ ਹਰੀਚੰਦ, ਇਲ ਨੂੰ ਲਾ ਲੈਂਦਾ। ਕਹਿੰਦਾ ਇਹ ਤਾਂ ਮੈਂ ਲਾ ਲੂੰ, ਹੁਣ ਇੱਕ ਅੱਖੋਂ ਕਾਣਾ ਠੱਗ, ਇੱਕ ਅੱਖ ਤੋਂ ਦੀ ਲੈ। ਤਾਰਾ ਰਾਣੀ ਨੇ ਪਹਿਲਾਂ ਦੇਖ ਲਿਆ ਵੀ ਇਹਨੂੰ ਅੱਖ ਤੋਂ ਕਿਹੜੀ ਤੋਂ ਦੀ ਲੈ, ਸਿਹਤ ਬੰਨਿਆ ਕਰੋ ਭਾਈ, ਘੋੜੇ ਦੀ ਅੱਡੀ ਲਾ ਲਿਆ ਕਰੋ, ਘੋੜਾ ਖਾਂ ਹੋ ਜਾ ਕਰੇ। ਉਹ ਕਹਿੰਦੀ ਜੀ ਮੈਂ ਕੰਮ ਕਰ ਸਕਦੀ ਹਾਂ, ਘੋੜੇ 'ਤੇ ਬਹਿ ਕੇ ਨਹੀਂ ਥੱਲੇ। ਕਹਿੰਦਾ ਫਿਰ ਕਰ ਲੈ। ਉਹਨੇ ਦੇਖ ਲਿਆ ਵੀ ਕਿਹੜੀ ਅੱਖ ਕਾਣੀ ਆ, ਉੱਧਰਲੇ ਪਾਸੇ ਉੱਤਰ ਕੇ ਹੋਏਗੀ ਖੜ ਗਈ। ਹੁਣ ਕਹਿੰਦੀ ਯਾਰ ਦੇਖੋ ਜੀ ਮੈਂ ਨਿਸ਼ਾਨਾ ਬੰਨਦੀ, ਹੁਣ ਗੌਰ ਰੁੱਖ ਵੀ ਇਲ ਕਿਵੇਂ ਆਊ, ਕਾਣਾ ਠੱਗ ਤਾਂ ਝੱਕਣ ਲੱਗ ਗਿਆ ਇਲ ਕਿੰਨੀ, ਹੁਣ ਕਹਿੰਦਾ ਇੱਥੇ ਠੋਕੀ ਕਿਰਪਾਨ ਲੱਦ ਕੇ ਮਰਿਆ, ਘੋੜੇ ਤੋਂ ਸਿੱਟ ਕੇ ਥੱਲੇ ਆ ਗਈ। ਹੁਣ ਤਾਰਾ ਰਾਣੀ ਇੰਦਰ ਮਹਾਰਾਜ ਨੂੰ ਲਾਂਭੇ ਦਿੰਦੇ, ਮਹਾਰਾਜ ਸੱਚੇ ਪਾਤਸ਼ਾਹ ਜਾਂ ਤਾਂ ਮੇਰੇ ਪਤੀ ਨੂੰ ਮੇਰੇ ਵਰਗਾ ਕਰ ਦੇ ਜਾਂ ਮੈਨੂੰ ਮੇਰੇ ਪਤੀ ਦੇ ਨਾਲ ਲਾ ਦੇ। ਉੱਧਰੋਂ ਇੰਦਰ ਮਹਾਰਾਜ ਕ੍ਰੋਧਮਾਨ ਹੋ ਗਿਆ, ਉਹਨੇ ਵਾਰ ਸ਼ੁਰੂ ਕਰਤੀ। ਵਾਰ ਸ਼ੁਰੂ ਹੋ ਗਈ ਜਦੋਂ ਗਲ ਗਲ ਪਾਣੀ ਹੋ ਗਿਆ ਤਾਰਾ ਰਾਣੀ ਦੀ, ਇੱਕ ਸੱਥ ਦੇ ਉੱਤੇ ਉਹਦਾ ਸ਼ੀਸ਼ ਰੱਖਿਆ, ਸਿਰ ਦੇ ਉੱਤੇ ਉਹਦੀ ਧੜ ਰੱਖੀ ਹਰੀਚੰਦ ਰਾਜੇ ਦੀ। ਜਦੋਂ ਗਲ ਗਲ ਪਾਣੀ ਹੋ ਗਿਆ, ਕਹਿੰਦੀ ਜੀ ਥੋੜ੍ਹੀ ਜਿਹੀ ਹੋਰ ਛੱਡ ਦਿਓ, ਮੈਂ ਆਪਦੇ ਪਤੀ ਨਾਲ ਰਲ ਜੂੰ। ਉੱਧਰ ਉਹਦਾ ਨਾਰਦ ਦੀ ਦਰਗਾਹ ਨੇ ਡੋਲਾ ਖਾਧਾ, ਵਿਸ਼ਨੂੰ ਪੁੱਛਦਾ ਕਹਿੰਦਾ ਵੀ ਨਾਰਦ ਦਰਗਾਹ ਡੋਲੇ ਖਾਂਦੀ ਹੈ? ਕਹਿੰਦਾ ਜੀ ਇੰਦਰ ਮਹਾਰਾਜ ਗੁੱਸੇ 'ਚ ਹੈ ਵੀ ਬਾਹਰ ਸਿੱਟੀ ਜਾਂਦਾ ਜਲ, ਵੀ ਤਾਰਾ ਰਾਣੀ ਦੇ ਗਲ ਗਲ ਪਾਣੀ ਵੱਗ ਗਿਆ, ਜੇ ਥੋੜ੍ਹੀ ਜਿਹੀ ਵਾਰ 100 ਰੁਪਏ ਗਈ ਤਾਰਾ ਰਾਣੀ ਡੁੱਬ ਗਈ। ਕਹਿੰਦਾ ਧਰਤੀ ਗਰਕ ਜੂ, ਉਹਨੂੰ ਰੋਕ। ਉਹਨੇ ਭਿੰਦਰ ਮਹਾਰਾਜ ਵਿਸ਼ਨੂੰ ਨੇ ਰੋਕਿਆ ਜਾ ਕੇ, ਫਿਰ ਇੰਦਰ ਮਹਾਰਾਜ ਤੋਂ ਪੌਣ ਛਡਾਈ, ਪਾਣੀ ਸੁਕਾਤਾ, ਉਹਨੇ ਧਰਤੀ ਸੀ ਥੱਲੇ ਰੱਖ ਲਿਆ ਤਾਰਾ ਰਾਣੀ ਨੇ। ਲਾਂਭੇ ਦਿਆ ਮਾਲਕਾ ਸੱਚੇ ਪਾਤਸ਼ਾਹ ਜਾਂ ਤਾਂ ਹੁਣ ਕਰ ਦਿੰਦਾ ਕੰਮ ਥੋੜ੍ਹਾ ਜਿਹਾ ਹੋਰ। ਤਾਂ ਭਾਈ ਦਰਗਾਹ ਡੋਲੇ ਖਾਣ ਲੱਗ ਗਈ, ਉਹ ਕਹਿੰਦਾ ਨਾਰ ਦਾ ਦਰਗਾਹ ਡੋਲੇ ਖਾਂਦੀ ਹੈ? ਕਹਿੰਦਾ ਜੀ ਕਾਣੇ ਠੱਗ ਨੇ ਵੜਤਾ ਹਰੀਚੰਦ ਬਾਦਸ਼ਾਹ, ਉਹ ਕਹਿੰਦੇ ਵੀ ਜਾਂ ਤਾਂ ਮੇਰੇ ਪਤੀ ਨੂੰ ਮੇਰੇ ਵਰਗਾ ਕਰ ਦੇ ਜਾਂ ਮੈਨੂੰ ਮੇਰੇ ਪਤੀ ਨਾਲ ਲਾ ਦੇ। ਉਹ ਕਹਿੰਦਾ ਫਿਰ ਚੱਲ ਭਾਈ ਆਪਾਂ ਚੱਲਣਾ ਪਊ ਆਪਾਂ ਨੂੰ। ਤਿੰਨਾਂ ਨੇ ਰੂਪ ਧਾਰ ਲਿਆ, ਇੰਦਰ ਮਹਾਰਾਜ, ਵਿਸ਼ਨੂੰ ਅਤੇ ਨਾਰਦ ਨੇ ਪੰਡਤਾਂ ਦਾ ਰੂਪ ਧਾਰ ਲਿਆ ਤੁਰਿਆਉਂਦੇ ਨੇ। ਉਹ ਰੋਈ ਜਾਂਦੇ ਤਾਰਾ ਰਾਣੀ ਬੈਠੀ, ਕਹਿੰਦਾ ਬੇਟੀ ਰੋਂਦੀ ਕਿਉਂ ਹੈ? ਕਹਿੰਦੀ ਜੀ ਤੁਸੀਂ ਰਾਹੀ ਫਾਂਦਿਆਂ ਤਾਂ ਲੰਘ ਜਾਓ, ਮੇਰਾ ਦੁੱਖ ਤਾਂ ਜਾਂ ਇੰਦਰ ਨਹੀਂ ਮਿਲੂ ਜਾਂ ਵਿਸ਼ਨੂੰ ਨਹੀਂ ਮਿਲੂ। ਉਹ ਕਹਿੰਦਾ ਕੋਈ ਨਾ ਭਾਈ, ਜੇ ਸਾਡੇ ਸਾਰੇ ਹੋਇਆ ਸੀ ਵੀ ਗੱਲ ਕਰ ਸਕਦੇ ਹਾਂ ਕੋਈ, ਵੀ ਸਾਨੂੰ ਦੁੱਖ ਤਾਂ ਦੱਸ ਦੇ। ਕਹਿੰਦੀ ਜੀ ਮੇਰਾ ਪਤੀ ਕਾਣੇ ਠੱਗ ਨੇ ਵੜਤਾ। ਕਹਿੰਦਾ ਜੇ ਇੱਕ ਕੰਮ ਭਾਈ ਅਸੀਂ ਕਰਕੇ ਦੇਖ ਲਈਏ ਸੀ ਵੀ ਜਾਦੂ ਮੰਤਰ ਜਾਣਦੇ ਹਾਂ। ਕਹਿੰਦੀ ਜੀ ਤੁਸੀਂ ਕਰ ਲਓ। ਕਹਿੰਦਾ ਫਿਰ ਇਹਦਾ ਧੜਤੇ ਸੀ ਜੋੜ ਦੇ ਚੰਗੀ ਤਰ੍ਹਾਂ, ਆ ਪਰਾਂ ਜਾ ਕੇ ਬਹਿ ਜਾ ਖਮੀ 'ਚ ਕੇ। ਕਹਿੰਦੀ ਚੰਗਾ। ਤਾਰਾ ਰਾਣੀ ਪਿੱਠ ਕਰਕੇ ਬਹਿ ਗਈ ਹਰੀਚੰਦ ਰਾਜੇ ਕਿੰਨੀ, ਉਹਨਾਂ ਨੇ ਕੱਢਿਆ ਮੀਂਜਾ ਲੱਭਦਾ, ਨਾਰਦ ਨੇ ਮਾਰਿਆ ਸਿੱਟਾ, ਭਈ ਹਰੀਚੰਦ ਬਾਦਸ਼ਾਹ ਬੈਠਾ ਹੋ ਗਿਆ। ਕਿਉਂ? ਉਹਨੂੰ ਵਚਨ ਹੋਇਆ ਸੀ ਵੀ ਇੱਕ ਵਾਰ ਮਰੇਗਾ ਤੂੰ। ਤਾਂ ਬੈਠਾ ਹੋਇਆ ਜਦੋਂ ਉਹਨੇ ਸੋਚਿਆ ਵੀ ਮੰਨ ਕੇ ਚੱਲ
ਉਹਨੇ ਆਖਿਆ ਕਹਿੰਦਾ ਤਾਰਾ ਰਾਣੀ ਇੰਨੇ ਚਿਰ ਤਾਂ ਸੁੱਤਾ ਪੈਂ ਤਾਂ ਉਠਾਇਆ ਨਾ ਮੈਨੂੰ, ਤਾਰਾ ਰਾਣੀ ਤੂੰ ਭੰਮੀ ਦੇਖਿਆ ਵੀ ਇਹ ਤਾਂ ਵਾਰਸ ਹੈ। ਉਹ ਰੋਣ ਲੱਗ ਗਈ, ਕਹਿੰਦਾ ਕੀ ਹੋ ਗਿਆ? ਕਹਿੰਦੀ ਗੱਲ ਤਾਂ ਹੋ ਗਈ ਤੀ, ਕਹਿੰਦਾ ਮੈਂ ਤੈਨੂੰ ਕਿਹਾ ਨਹੀਂ ਵੀ ਕੰਡੇ ਬੀਜਦੀਆਂ ਹੱਥੀਂ ਚੁਗਣੇ ਪੈਣਗੇ? ਕਹਿੰਦੀ ਮੈਂ ਤਾਂ ਚੁਗੇ ਜੀ ਫਿਰ। ਅਤੇ ਕਹਿੰਦੀ ਫਿਰ ਚੁਗੇ ਜੀ? ਕਹਿੰਦੇ ਹਾਂ।